हेलो गाइस, वेलकम टू माय यूट्यूब चैनल। होप करते हैं तुम सारे जाने बहुत बढ़िया होंगे। तो आज मैं ब्लॉग बना जा रहे हैं लेडीज़ डे आउट। तो आज अपनी फैमिली नाल लेके निकले हैं, सारा अमृतसर जा रहे हैं इसी गोल्डन टेंपल। तो फिलहाल ब्रेकफास्ट करने वास्ते रुके थे हवेली। तो इस तो बाद तुम अगे अगे दिखाता मैं कितने कितने घूमते हैं। तो प्लीज़ चेक आउट द लेडीज़ इन द हाउस टूडे। मम्मी ए दूजे मम्मी ए साली साहिबा दूजी भैन इनू तुसी सारे जानदे हो मनी। ते कैमरामैन है अज रमन। ते असी खड़े हैं इस टाइम ते हवेली। ते थोनू अगे अगे दिखांदा कित्थे घूमदे। फाइनली अमृतसर पहुंच ही गए। ना लाइटां ते कोई खड़दे ही नहीं इत्थे, आपां क्यों खड़ी है फिर। पंजाब है रात का नशा उतरा नहीं। गुरुद्वारे जा रहे हो, नशे की गल्ला कर रहे हो। हां दस्से नहीं, वी आर जस्ट टॉकिंग अबाउट रात का। इट इज नॉट नहीं गल ओ सीगी कि हाँ हर गाने दा एक मूड हुंदा, हर एक टाइम हुंदा है मूड दे हिसाब नाल गाना किते किते लगांदे। हुण ट्रैवल करदे होए ये गाना यस हां सुन अंग लगा ले। ट्रैवल करदे होए अंग लगा, ट्रैवल करदे ये गाने नहीं पसंद। पर जद रात सियाणा बंदा है सी बाजे। संडे करके बड़ा रश है ना की करना है सब तो पहला की करना नहीं वो हम नहीं बताएंगे। वॉशरूम पी जाना, पी जाना पहला, पी जा रही है पी जा रही है फिर इनू पी जाना है। पार्किंग ही बड़ी दूर मिली रिक्शे की सवारी। गोल गोल पार्किंग तीन मंजिली। इन्होंने मना करता कहते राह बंद है, इधर जाम है बहुत ज्यादा लगा। भाई जी रोज इतना जाम लगता? ना ना शनिया शनिया एतवार बस। ਪਹਿਲਾ ਸ਼ਨੀ ਐਤਵਾਰ ਹੋਇਆ ਜਦੋਂ ਦਾ ਲੋਕਡਾਊਨ ਖਤਮ ਹੋਇਆ ਨਾ। ਹਾਂ ਪਹਿਲਾ ਸ਼ਨੀ ਐਤਵਾਰ ਹੋਇਆ ਜਿੰਦਣ ਇੰਨਾ ਟੂ ਜ਼ਿਆਦਾ ਜਿੰਦੇ ਫਿਰ ਲੱਗਣ ਲੱਗਾ ਲੋਕਡਾਊਨ ਤਾਂ ਕਰਕੇ ਲੋਕੀ ਆ ਨਹੀਂ ਲੋਕਡਾਊਨ ਤਾਂ ਹੀ ਲੱਗਦਾ ਮੁੜ ਕੇ ਲੱਗਣ ਲੱਗਾ ਇੱਥੇ ਜੀ ਵੀ ਲੱਗ ਗਿਆ ਲੁਧਿਆਣੇ ਦਿੱਲੀ ਤਾਂ ਕਹਿ ਰਹੇ ਸੀਗੇ ਲੱਗ ਜੂ ਇੱਕ ਹੋਰ ਪਤਾ ਨਹੀਂ ਤੁਸੀਂ ਫਿੱਟ ਬੈਠੇ ਹੋ ਸਾਰੇ ਹਾਂ ਹਾਂ ਚਾਰ ਤੇ ਕਰਾ ਨਹੀਂ ਨਹੀਂ ਮੁੰਡੇ 26 ਨੂੰ ਕਹਿੰਦੇ ਸੀ ਇਸ 26 ਨੂੰ अमृतसर दियां गलियां भैया किन्ने पुराने पुराने घर बने, किन्नी मार्केट पुरानी है। हां नहीं बड़ी पुरानी बहुत पुरानी मेन मार्केट ते अगे कटरा जम्मा। अच्छा मेन मार्केट अगे हले दिखायो मेनू दस्यो। ए शुरू हो गया इत्थे कटरा जैमल सिंह बाजार होलसेल अमृतसर दा फेमस बाजार। इत्थे कपड़े मिलते हैं होलसेल। बाई होनी दस रहे ने कहिंदे जिहड़े भी टूरिस्ट आते जरूर कपड़े लैके जाते। वाहेगुरु वाहेगुरु बहुत ज़्यादा भीड़ है, सारी संगत अज ही आ गई।
ਲਾਈਨ ਚੱਲੀ ਜਾ ਰਹੀ ਹੈ ਚੱਲੀ ਜਾ ਰਹੀ ਹੈ ਘੱਟੋ ਘੱਟ ਵੀ 2 ਘੰਟੇ ਲੱਗ ਜਾਣੇ ਮੱਥਾ ਟੇਕਣ ਨਾਨਕ ਨਾਮ ਇੰਨੀ ਲੰਬੀ ਲਾਈਨ ਤੇਰੇ ਪਾਣੀ ਸਰਬੱਤ ਇੰਨੀ ਲੰਬੀ ਲਾਈਨ ਆ ਸੰਡੇ ਤਾਂ ਹੁੰਦੀ ਹੈ ਇੰਨੀ ਫਿਰ ਹਨਾ ਇੱਕ ਹੈ ਜਿਹੜੀ ਲੋਕਡਾਊਨ ਵਾਲੀ ਖਬਰ ਉਹਦੇ ਕਰਕੇ ਵੀ ਹੋ ਗਿਆ ਅੱਛਾ ਵੀ ਇਹਨਾਂ ਨੇ ਬੰਦ ਕਰਤਾ ਉਹਨਾਂ ਨਾ ਸਰੋਵਰ ਕਰ ਲਓ ਜੀ ਤੁਸੀਂ ਵੀ ਸਾਰੇ ਜਾਣੇ ਦਰਸ਼ਨ ਵਾਹਿਗੁਰੂ ਉੱਥੇ ਲਾਈਨ ਬਹੁਤ ਜ਼ਿਆਦਾ ਲੰਬੀ ਸੀ ਇਹ ਖੜੀ ਨਹੀਂ ਹੋ ਸਕਦੀ ਸੀ ਇੰਨਾ ਤਾਂ ਇਸ ਕਰਕੇ ਅਸੀਂ ਦੋਨੋਂ ਜਾਣੇ ਬਾਹਰ ਆ ਗਏ ਮੌਸਮ ਵੀ ਘੈਂਟ ਹੋ ਗਿਆ ਬੱਦਲ ਬੁੱਦਲ ਹੋ ਰਹੇ ਪੂਰੇ ਨੀਚੇ ਕਿਆ ਯਹਾਂ ਪੇ ਨੀਚੇ ਕਿਆ ਬੰਦ ਹੈ ਉਧਰੋਂ ਐਂਟਰੀ ਆ ਜਾ ਸਿੰਮੀ ਠੰਡ ਤਾਂ ਹੀ ਲੱਗ ਰਹੀ ਨੰਗੇ ਪੈਰ ਸਾਡਾ ਡਿਸੀਜ਼ਨ ਚੇਂਜ ਹੋ ਗਿਆ ਕਿ ਬਾਅਦ 'ਚ ਦੇਖਾਂਗੇ ਮਿਊਜ਼ੀਅਮ ਕਿੱਥੇ ਜਾ ਰਹੇ ਆਪਾਂ ਉੱਚੀ ਬੋਲ ਕਿੱਥੇ ਤੇਰੀ ਐਨਰਜੀ ਅੱਛਾ ਖਾ ਕੇ ਆਏਗੀ ਐਨਰਜੀ ਬਾਜ਼ਾਰ ਭਰੇ ਪਏ ਅੱਜ ਜਿਵੇਂ ਅੰਦਰ ਰਸ਼ ਹੋਣ ਨਹੀਂ ਬਾਹਰ ਅੱਛਾ ਮੋੜ ਤੇ ਉਹੀ ਨਹੀਂ ਆ ਗਿਆ ਜਲਿਆਂ ਵਾਲਾ ਬਾਗ ਕਿ ਦੂਰ ਹੈ ਹਲੇ ਅਸੀਂ ਬਲੈਤਨ ਬਾਹਰੋਂ ਆਈ ਹੈ ਇਹਨਾਂ ਨੂੰ ਸਮਝਾ ਦੇ ਕਿਆ ਸਾਡੇ ਕੋਲ ਗੂਗਲ ਪੇ ਹੈ ਸਿਰਫ ਗੂਗਲ ਪੇ ਅਸੈਪਟ ਕਰ ਦਿਓ ਆਂਟੀ ਪਰਸ ਪੁਰਸ ਨਹੀਂ ਹੈਗੇ ਸਾਡੇ ਕੋਲ ਗੱਡੀ 'ਚ ਹੈ ਨਹੀਂ ਗੂਗਲ ਪੇ ਵੀ ਹੈਗਾ ਕਰ ਦਿਓ ਅੰਮ੍ਰਿਤਸਰ ਉਹ ਹੋ ਰਿਹਾ ਕਿਆ ਐਡਵਾਂਸ ਹੋ ਰਿਹਾ ਕਹਿੰਦੇ ਗੂਗਲ ਪੇ ਹੀ ਕਰ ਦਿਓ ਜਲਿਆਂਵਾਲਾ ਬਾਗ ਕਿੰਨਾ ਅੱਛਾ ਬਣਾਇਆ ਹੋਇਆ ਨਾ ਇਹ ਕਿੱਦਾਂ ਦੀ ਲੱਗ ਰਹੀ ਹੈ ਕੀ ਕਹਿ ਰਹੇ ਹੈ ਮੋਰ ਨਹੀਂ ਲੱਗ ਰਹੀ ਚੱਲ ਆ ਜਾ ਮੈਕੜੀ ਆ ਗਿਆ ਚੱਲ ਵੈਸੇ ਇਹ ਸਹੀ ਸੀਗਾ ਇਹਨਾਂ ਦਾ ਨਾ ਆਰਡਰ ਉਡਰ ਆਨਲਾਈਨ ਹੀ ਹੋ ਗਿਆ ਸਾਰਾ ਕੁਝ ਸ਼ੁਕਰ ਹੈ ਪੇਮੈਂਟ ਹੋ ਗਈ ਉੱਥੇ ਅੱਛਾ ਉਸ ਸਾਈਡ ਆ ਜਾਓ ਬੜੀ ਭੁੱਖ ਲੱਗੀ ਹੈ ਮੇਰੇ ਵਾਲਾ ਨਾ ਖਾ ਜੀ ਤੇ ਉਹ ਲੰਗਰ ਖਾਣਗੇ ਧੋਖਾ ਹੋ ਗਿਆ ਖਾ ਪੀ ਕੇ ਹੀ ਮੁੜੇ ਇੱਥੇ ਦੀ ਇੱਥੇ ਕਹਿੰਦੀ ਮੈਂ ਇੰਨੇ ਟਾਈਮ ਦੀ ਵੇਟ ਕਰ ਰਹੀ ਤੁਹਾਡੀ ਲੰਗਰ ਖਾਓ ਨਾ ਜਾ ਕੇ ਠੀਕ ਹੈ ਮੱਥਾ ਹੈ ਬਹੁਤ ਲੰਗਰ ਖਾਇਆ ਏ ਅਸੀਂ ਤਾਂ ਮੈਕਡੀ ਖਾ ਕੇ ਆਏ ਸਿੰਮ ਕਿੱਦਾਂ ਸੀ ਬਾਏ ਬਾਏ ਅੰਮ੍ਰਿਤਸਰ ਹੁਣ ਆਪਾਂ ਰੁਕਿਆ ਲੰਚ ਕਰਨ ਰੋੜ ਕੇਲਾ ਢਾਬਾ
ਅੰਦਰ ਲੈ ਕੇ ਚੱਲਦੇ ਤੁਹਾਨੂੰ। ਨਾਲ ਦਿਆਂ ਦਾ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ, ਇੱਦਾਂ ਲਿਟੇ ਹੋਏ ਜਿੱਦਾਂ ਪਤਾ ਨਹੀਂ ਕਿੱਡਾ ਲੰਬਾ ਸਫ਼ਰ ਕਰਕੇ ਆਏ ਸਾਰੇ। ਕਿੱਦਾਂ ਬੈਠੇ ਸਾਰੇ ਮੁਰਝਾਏ ਹੋਏ, ਡੇ ਨਾਈਟ ਸਫ਼ਰ ਕਰ ਰਹੇ ਬਹੁਤ ਲੰਬੇ, ਸਾਰਿਆਂ ਦੀ ਸ਼ਕਲਾਂ ਮੁਰਝਾਈਆਂ ਹੋਈਆਂ, ਬੁਰੇ ਹਾਲ ਹੈ ਸਾਰਿਆਂ ਦਾ, ਬੈਟਰੀ ਲੋ ਹਾਲ। ਗਾਣੇ ਅੱਛੇ ਲੱਗੇ ਤੂੰ ਦੇਖ, ਗਰਮ ਹੋ ਗਿਆ। ਕੀ ਖਾ ਰਹੀ ਆ? ਆਏ ਹਾਏ ਛੀ, ਉਹ ਆ ਜਾਓ, ਹੋ ਗਈ ਥੱਲੇ ਸਭ ਕੁਛ, ਪਾਈ ਨਾ ਮੈਂ ਪਹਿਲੇ ਕਹਿ ਰਹੀ ਆ, ਇਹ ਰੋਟੀ ਥੱਲੇ ਕਰਨ ਵਾਸਤੇ ਬਾਹਰ ਖੜੇ। ਤੈਨੂੰ ਸੁਣਾਈ ਦਿੱਤਾ ਨਾ ਮੈਂ ਜੋ ਬੋਲਿਆ, ਇਹ ਤਾਂ ਪਏਗੀ ਹੁਣ ਕੱਢ। ਹੁਣ ਅਸੀਂ ਪਹੁੰਚ ਗਏ ਹਾਂ ਰੋਪੜ, ਇਕਦਮ ਹੀ ਬਹੁਤ ਜ਼ਿਆਦਾ ਜਾਮ ਲੱਗ ਗਿਆ ਸੀਗਾ ਪਹਿਲਾਂ ਜਲੰਧਰ ਹੁਣ ਰੋਪੜ, ਅਤੇ ਤਾਂ ਕਰਕੇ ਮੈਂ ਵੀਡੀਓ ਬਣਾ ਹੀ ਨਹੀਂ ਪਾਇਆ, ਅਤੇ ਐਂਡਿੰਗ ਕਰਦੇ ਹਾਂ ਜਲਦੀ ਮੋਹਾਲੀ ਪਹੁੰਚ ਗਏ ਯਾਰ। ਖਰੜ ਫੇਰ ਜਾਮ ਆ, ਬੁਰਾ ਹਾਲ ਆ। ਲੱਤਾਂ ਦੁਖਣ ਲੱਗ ਗਈਆਂ ਬਹਿ ਬਹਿ ਕੇ। ਹਲੇ ਤੁਸੀਂ ਕਹਿ ਰਹੇ ਸ਼ਾਮ ਨੂੰ ਕਸੌਲੀ ਜਾਣਾ, ਹੋ ਗਈ ਬਸ ਜਾਮ ਮੁੱਕ ਕੇ ਮੈਂ ਤਾਂ ਆਪ ਸਕ ਗਿਆ ਬਹਿ ਬਹਿ ਕੇ। ਨੋਰਮਲ ਚਲਾਈ ਜਾਓ ਚਲਾਈ ਜਾਓ, ਰੁਕ ਰੁਕ ਕੇ ਚੱਲਦੇ ਨਾ ਫਿਰ ਲੱਤਾਂ ਦੁਖਣ ਲੈ ਜਾਂਦੀ। ਫਾਈਨਲੀ ਖਰੜ ਪਹੁੰਚ ਗਏ ਆ, ਘਰੇ ਪਹੁੰਚੇ ਆ, ਹੁਣੇ ਹੁਣੇ ਚਾਹ ਪੀਣੀ ਸ਼ੁਰੂ ਕੀਤੀ ਹੈ। ਤੇ ਟ੍ਰਿਪ ਕਿੱਦਾਂ ਰਿਹਾ ਤੁਹਾਡੇ ਸਾਰਿਆਂ ਦਾ? ਬਹੁਤ ਅੱਛਾ। ਸਿੰਮੀ ਦਾ ਹੀ ਅਜੀਬ ਰਿਹਾ ਸਾਰਿਆਂ ਦਾ? ਅੱਛਾ ਰਿਹਾ, ਵਧੀਆ ਵਧੀਆ। ਚਲੋ ਹੋਪ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਪਸੰਦ ਆਵੇਗੀ ਵੀਡੀਓ, ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਇਟ, ਤੇ ਵੀਡੀਓ ਪਸੰਦ ਆਏ ਤਾਂ ਲਾਈਕ ਕਰਿਓ। ਥੈਂਕ ਯੂ ਫੋਰ ਵਾਚਿੰਗ ਇਟ।